ਪਲਾਂਟਸ ਨੂੰ ਦੇਖਦੇ ਆਪਣਾ ਸਟ੍ਰੈਸ ਦੂਰ ਹੁੰਦਾ, ਆਪਾਂ ਸਾਰੇ ਟੈਨਸ਼ਨ ਭੁੱਲ ਜਾਂਦੇ ਹਾਂ ਆਪਣੇ। ਬਹੁਤ ਰੰਗ ਬਿਰੰਗੇ ਫੁੱਲਾਂ ਨੂੰ ਦੇਖ ਕੇ ਤੁਹਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ। ਇਹ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਜਿਸ ਯੂਨੀਵਰਸਿਟੀ 'ਚ ਪੜ੍ਹੀ ਹਾਂ ਉੱਥੇ ਵੀ ਮਤਲਬ ਹਰ ਸਾਲ ਫਲਾਰ ਸ਼ੋਅ ਲੱਗਦਾ, PAU ਲੁਧਿਆਣਾ, ਐਂਡ ਈਵਨ ਚੰਡੀਗੜ੍ਹ ਵੀ ਅਸੀਂ ਜਾਂਦੇ ਰਹਿੰਦੇ ਹਾਂ, ਤਾਂ ਉੱਥੇ ਵੀ ਦੇਖ ਕੇ ਮਤਲਬ ਇਨਵਾਇਰਮੈਂਟ ਨਾਲ ਸਾਨੂੰ ਇੰਟਰੈਕਟ ਕਰਨ ਦਾ ਮੌਕਾ ਮਿਲਦਾ, ਅਦਰਵਾਈਜ਼ ਆਪਾਂ ਕਿਤੇ ਮਿਲਦੇ ਨਹੀਂ, ਹੈ ਨਾ, ਆਪਾਂ ਘਰ ਰਹਿੰਦੇ ਹਾਂ। ਸੋ ਇਹੋ ਜਿਹੀਆਂ ਚੀਜ਼ਾਂ ਨਾਲ ਸਾਨੂੰ ਪਤਾ ਲੱਗਦਾ ਵੀ ਆਪਣੇ ਇਨਵਾਇਰਮੈਂਟ 'ਚ ਬਹੁਤ ਕੁਛ ਹੈ ਦੇਖਣ ਨੂੰ। ਫਿਲਹਾਲ ਤਾਂ ਅਸੀਂ ਹੁਣੇ ਆਏ ਹੀ ਹਾਂ, ਜਸਟ ਦੇਖਦੇ। ਹਾਂਜੀ ਹਾਂਜੀ, ਬਹੁਤ ਵਧੀਆ। ਹਾਂਜੀ, ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਵੱਧ ਤੋਂ ਵੱਧ ਪਲਾਂਟੇਸ਼ਨ ਕਰੋ। ਹਾਂਜੀ, ਇਹੀ ਕਹਿਣਾ ਚਾਹਾਂਗੇ ਕਿ ਇਹੋ ਜਿਹੇ ਸਾਨੂੰ ਖੁਦ ਨੂੰ ਹੀ ਪਲਾਂਟੇਸ਼ਨ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਡੇਲੀ ਹੀ ਆਪਣੇ ਇਨਵਾਇਰਮੈਂਟ ਨਾਲ ਇੰਟਰੈਕਟ ਕਰ ਸਕੀਏ, ਕਿ ਸਾਨੂੰ ਇਹ ਚੀਜ਼ ਇਹ ਮੌਕਿਆਂ ਦਾ ਇੰਤਜ਼ਾਰ ਨਾ ਕਰਨਾ ਪਵੇ। ਹਾਂਜੀ, ਆਪਣਾ ਸਟ੍ਰੈਸ ਦੂਰ ਹੁੰਦਾ, ਨਹੀਂ ਤਾਂ ਅਸੀਂ ਘਰ ਬੈਠੇ ਰਹਿੰਦੇ ਹਾਂ, ਜੇ ਆਪਾਂ ਪਲਾਂਟਸ ਨੂੰ ਦੇਖਦੇ ਆਪਣਾ ਸਟ੍ਰੈਸ ਦੂਰ ਹੁੰਦਾ, ਆਪਾਂ ਸਾਰੇ ਟੈਨਸ਼ਨ ਭੁੱਲ ਜਾਂਦੇ ਹਾਂ ਆਪਣੇ। ਬਠਿੰਡਾ ਦੇ ਵਿੱਚ ਇਹ ਫਲਾਰ ਫੈਸਟੀਵਲ ਸੈਕਿੰਡ ਟਾਈਮ ਲੱਗ ਰਿਹਾ ਹੈ, ਅਤੇ ਬਹੁਤ ਹੀ ਵਧੀਆ ਹੈ, ਬਹੁਤ ਸੋਹਣੇ ਸੋਹਣੇ ਇੱਥੇ ਫੁੱਲ ਲੱਗੇ ਹੋਏ ਨੇ, ਅਤੇ ਬਹੁਤ ਵਧੀਆ ਮਤਲਬ ਜਾਣਕਾਰੀ ਮਿਲਦੀ ਹੈ, ਤੁਸੀਂ ਨੇਚਰ ਦੇ ਬਹੁਤ ਕਲੋਜ਼ ਤੁਹਾਨੂੰ ਰਹਿਣ ਦਾ ਮੌਕਾ ਮਿਲਦਾ ਹੈ, ਅਤੇ ਇਸ ਤੋਂ ਇਲਾਵਾ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਤੁਸੀਂ ਇਹਨਾਂ ਫਲਾਰਸ ਨੂੰ ਆਪਣੇ ਘਰ ਲਿਜਾ ਕੇ ਲਗਾਓ, ਤਾਂ ਤੁਹਾਨੂੰ ਬਹੁਤ ਹੀ ਵਧੀਆ ਲੱਗਦਾ ਹੈ, ਬਹੁਤ ਰੰਗ ਬਿਰੰਗੇ ਫੁੱਲਾਂ ਨੂੰ ਦੇਖ ਕੇ ਤੁਹਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ। ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਜੀ, ਮੇਰੇ ਨਾਲ ਮੇਰੀ ਬੇਟੀ ਆਈ ਹੋਈ, ਅਸੀਂ ਦੋਨੋਂ ਮਿਲ ਕੇ ਸਾਰੀਆਂ ਸਟਾਲਸ ਅਤੇ ਸਾਰੇ ਫਲਾਰਸ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ। ਪਲਾਂਟਸ ਨੂੰ ਦੇਖਦੇ ਆਪਣਾ ਸਟ੍ਰੈਸ ਦੂਰ ਹੁੰਦਾ, ਆਪਾਂ ਸਾਰੇ ਟੈਨਸ਼ਨ ਭੁੱਲ ਜਾਂਦੇ ਹਾਂ ਆਪਣੇ। ਬਹੁਤ ਰੰਗ ਬਿਰੰਗੇ ਫੁੱਲਾਂ ਨੂੰ ਦੇਖ ਕੇ ਤੁਹਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ। ਪਰ ਇਹ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਜਿਸ ਯੂਨੀਵਰਸਿਟੀ 'ਚ ਪੜ੍ਹੀ ਹਾਂ ਉੱਥੇ ਵੀ ਮਤਲਬ ਹਰ ਸਾਲ ਫਲਾਰ ਸ਼ੋਅ ਲੱਗਦਾ, PAU ਲੁਧਿਆਣਾ, ਐਂਡ ਈਵਨ ਚੰਡੀਗੜ੍ਹ ਵੀ ਅਸੀਂ ਜਾਂਦੇ ਰਹਿੰਦੇ ਹਾਂ, ਤਾਂ ਉੱਥੇ ਵੀ ਦੇਖ ਕੇ ਮਤਲਬ ਇਨਵਾਇਰਮੈਂਟ ਨਾਲ ਸਾਨੂੰ ਇੰਟਰੈਕਟ ਕਰਨ ਦਾ ਮੌਕਾ ਮਿਲਦਾ, ਅਦਰਵਾਈਜ਼ ਆਪਾਂ ਕਿਤੇ ਮਿਲਦੇ ਨਹੀਂ, ਹੈ ਨਾ, ਆਪਾਂ ਘਰ ਰਹਿੰਦੇ ਹਾਂ। ਸੋ ਇਹੋ ਜਿਹੀਆਂ ਚੀਜ਼ਾਂ ਨਾਲ ਸਾਨੂੰ ਪਤਾ ਲੱਗਦਾ ਵੀ ਆਪਣੇ ਇਨਵਾਇਰਮੈਂਟ 'ਚ ਬਹੁਤ ਕੁਛ ਹੈ ਦੇਖਣ ਨੂੰ। ਫਿਲਹਾਲ ਤਾਂ ਅਸੀਂ ਹੁਣੇ ਆਏ ਹੀ ਹਾਂ, ਜਸਟ ਦੇਖਦੇ। ਹਾਂਜੀ ਹਾਂਜੀ, ਬਹੁਤ ਵਧੀਆ। ਹਾਂਜੀ, ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਵੱਧ ਤੋਂ ਵੱਧ ਪਲਾਂਟੇਸ਼ਨ ਕਰੋ। ਹਾਂਜੀ, ਇਹੀ ਕਹਿਣਾ ਚਾਹਾਂਗੇ ਕਿ ਇਹੋ ਜਿਹੇ ਸਾਨੂੰ ਖੁਦ ਨੂੰ ਹੀ ਪਲਾਂਟੇਸ਼ਨ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਡੇਲੀ ਹੀ ਆਪਣੇ ਇਨਵਾਇਰਮੈਂਟ ਨਾਲ ਇੰਟਰੈਕਟ ਕਰ ਸਕੀਏ, ਕਿ ਸਾਨੂੰ ਇਹ ਚੀਜ਼ ਇਹ ਮੌਕਿਆਂ ਦਾ ਇੰਤਜ਼ਾਰ ਨਾ ਕਰਨਾ ਪਵੇ। ਹਾਂਜੀ, ਆਪਣਾ ਸਟ੍ਰੈਸ ਦੂਰ ਹੁੰਦਾ, ਨਹੀਂ ਤਾਂ ਅਸੀਂ ਘਰ ਬੈਠੇ ਰਹਿੰਦੇ ਹਾਂ, ਜੇ ਆਪਾਂ ਪਲਾਂਟਸ ਨੂੰ ਦੇਖਦੇ ਆਪਣਾ ਸਟ੍ਰੈਸ ਦੂਰ ਹੁੰਦਾ, ਆਪਾਂ ਸਾਰੇ ਟੈਨਸ਼ਨ ਭੁੱਲ ਜਾਂਦੇ ਹਾਂ ਆਪਣੇ। ਬਠਿੰਡਾ ਦੇ ਵਿੱਚ ਇਹ ਫਲਾਰ ਫੈਸਟੀਵਲ ਸੈਕਿੰਡ ਟਾਈਮ ਲੱਗ ਰਿਹਾ ਹੈ, ਅਤੇ ਬਹੁਤ ਹੀ ਵਧੀਆ ਹੈ, ਬਹੁਤ ਸੋਹਣੇ ਸੋਹਣੇ ਇੱਥੇ ਫੁੱਲ ਲੱਗੇ ਹੋਏ ਨੇ, ਅਤੇ ਬਹੁਤ ਵਧੀਆ ਮਤਲਬ ਜਾਣਕਾਰੀ ਮਿਲਦੀ ਹੈ, ਤੁਸੀਂ ਨੇਚਰ ਦੇ ਬਹੁਤ ਕਲੋਜ਼ ਤੁਹਾਨੂੰ ਰਹਿਣ ਦਾ ਮੌਕਾ ਮਿਲਦਾ ਹੈ, ਅਤੇ ਇਸ ਤੋਂ ਇਲਾਵਾ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਤੁਸੀਂ ਇਹਨਾਂ ਫਲਾਰਸ ਨੂੰ ਆਪਣੇ ਘਰ ਲਿਜਾ ਕੇ ਲਗਾਓ, ਤਾਂ ਤੁਹਾਨੂੰ ਬਹੁਤ ਹੀ ਵਧੀਆ ਲੱਗਦਾ ਹੈ, ਬਹੁਤ ਰੰਗ ਬਿਰੰਗੇ ਫੁੱਲਾਂ ਨੂੰ ਦੇਖ ਕੇ ਤੁਹਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ। ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਜੀ, ਮੇਰੇ ਨਾਲ ਮੇਰੀ ਬੇਟੀ ਆਈ ਹੋਈ, ਅਸੀਂ ਦੋਨੋਂ ਮਿਲ ਕੇ ਸਾਰੀਆਂ ਸਟਾਲਸ ਅਤੇ ਸਾਰੇ ਫਲਾਰਸ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ।